ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਬਰਨਾਲਾ ਦੇ ਕਸਬਾ ਤਪਾਹ ਮੰਡੀ ਨੇੜਲੇ ਪਿੰਡ ਪੱਖੋ ਕਲਾਂ ਦੇ ਸਰਪੰਚ ਵੱਲੋਂ ਪਿੰਡ ਦੇ 23 ਵਿਅਕਤੀਆਂ ਨੂੰ ਸਕੂਲ 'ਚ ਬੰਦੀ ਬਣਾ ਕੇ ਰੱਖਣ ਤੋਂ ਭੜਕੇ ਪੀੜਿਤ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਸਰਪੰਚ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੀੜਿਤ ਵਿਅਕਤੀਆਂ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਰਾਜਸਥਾਨ ਵਿੱਚ ਤੂੜੀ ਦੀ ਢੋ ਢੁਆਈ ਲਈ ਗਏ ਸਨ। ਬੀਤੀ 5 ਅਪ੍ਰੈਲ ਨੂੰ ਜਦੋਂ ਉਹ ਵਾਪਸ ਪਿੰਡ ਪਰਤੇ ਤਾਂ ਪਿੰਡ ਦੇ ਸਰਪੰਚ ਨੇ ਉਹਨਾਂ ਨੂੰ ਕੋਰੋਨਾ ਵਾਇਰਸ ਦੇ ਡਰੋਂ ਪਿੰਡ ਦੇ ਹੀ ਸਕੂਲ ਵਿੱਚ ਬੰਦੀ ਬਣਾ ਲਿਆ। ਇਸ ਦੌਰਾਨ ਨਾ ਹੀ ਉਹਨਾਂ ਨੂੰ ਕੁਝ ਖਾਣ ਪੀਣ ਲਈ ਦਿੱਤਾ ਗਿਆ ਤੇ ਨਾ ਹੀ ਕੋਈ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਗਈ। ਉਹਨਾਂ ਦੀ ਕੋਈ ਮੈਡੀਕਲ ਜਾਂਚ ਵੀ ਨਹੀਂ ਕਰਵਾਈ ਗਈ। ਇਸ ਸੰਬੰਧੀ ਜਦੋਂ ਪਿੰਡ ਦੇ ਸਰਪੰਚ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਸਾਨੂੰ ਜੀ ਪੰਚਾਇਤ ਵੱਲੋਂ ਘਰੇ ਜਾ ਕੇ ਸਾਨੂੰ ਲਿਆਂਦਾ ਤੇ ਉਦੋਂ ਬਾਅਦ ਸਾਨੂੰ ਇੱਥੇ ਬੰਦ ਕਰਤਾ ਲਿਆ ਕੇ। ਕੋਈ ਸਾਨੂੰ ਚਾਹ ਪਾਣੀ ਨਹੀਂ, ਕੋਈ ਇੱਥੇ ਰੋਟੀ ਕਲਾ ਪ੍ਰਬੰਧ ਨਹੀਂ। ਸਾਡੇ ਵਿੱਚ ਗਰੀਬ ਬੰਦੇ ਵੀ ਹੈਗੇ ਨੇ ਇਹੋ ਜਿਹੇ ਆ ਖੜੇ ਆ, ਇਹਦੇ ਘਰੇ ਵੀ ਕੋਈ ਆਟਾ ਦਾਲ ਹੀ ਨਹੀਂ, ਇਹਨੂੰ ਵੀ ਨਾਲ ਬੰਦੀ ਬਣਾ ਕੇ ਰੱਖਿਆ ਗਿਆ। ਅਸੀਂ ਕੁੱਲ ਇੱਥੇ ਹੈਗੇ 23 ਜਾਣੇ। 23 ਜਾਣੇ ਦਾ ਮਤਲਬ ਕੋਈ ਇੱਥੇ ਉਹਨੇ ਪੁਲਿਸ ਵਾਲਾ ਬੰਦਾ ਨਹੀਂ ਲਾਇਆ, ਕੋਈ ਪੰਚਾਇਤ ਮੈਂਬਰ ਨਹੀਂ ਲਾਇਆ ਇਹਨਾਂ ਨੇ, ਅਤੇ ਸਾਰੇ ਇਕੱਠੇ ਤੁਰੇ ਫਿਰਦੇ ਨਾ। ਜੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਟੋਟੀ ਰਹਿ ਜਾਓ ਤਾਂ ਅਸੀਂ ਕਹਿੰਦੇ ਧੱਕੇ ਨਾਲ ਵੀ ਇਕੱਠੇ ਹੋਵਾਂਗੇ, ਫਿਰ ਸਾਡਾ ਇੱਥੇ ਫਾਇਦਾ ਕੀ ਲਿਆਉਂਦਾ ਨਾ, ਸਾਡਾ ਕਰੋਨਾ ਤਾਂ ਚੁੰਬੜੂਗਾ। ਸਾਨੂੰ ਕਹਿੰਦੇ ਤੁਸੀਂ ਕਰੋਨਾ ਹੋ ਕਰਦੇ ਹੋ, ਸਾਨੂੰ ਤਾਂ ਇੱਥੇ ਕਰੋਨਾ ਚੁੰਬੜੂਗਾ। ਤਾਂ ਸਾਰਿਆਂ ਨੇ ਇਕੱਠੇ ਹਾਂ ਜੀ, ਕੋਈ ਦਿੱਲੀ ਦਾ ਆ ਗਿਆ, ਕੋਈ ਹਰਿਆਣੇ ਤੋਂ ਆ ਗਿਆ, ਕੋਈ ਹਿਮਾਚਲ ਤੋਂ ਆਇਆ, ਫਾਇਦਾ ਕੀ ਇਹਨਾਂ ਦੇ ਇਕੱਠੇ ਕਰਨ ਦਾ, ਤਾਂ ਸਾਨੂੰ ਅੱਡੋਡੀ ਰੱਖਣਾ। ਇਹ ਬੰਦੀ ਕਿਹਨੇ ਬਣਾਇਆ, ਕਿਹੜੇ ਪਿੰਡ ਦੀ ਘਟਨਾ ਹੈ? ਇਹ ਪੱਖੋ ਕਲਾਂ ਦੀ ਹੈ ਜੀ, ਪੱਖੋ ਕਲਾਂ ਦਾ ਸਰਪੰਚ ਸਿੰਘ ਆ। ਕੀ ਨਾਮ ਆ ਉਹਦਾ? ਉਹਦਾ ਨਾਮ ਲਾਡੀ ਆ ਜੀ। ਹਾਂ, ਉਹ ਗਿਆ ਘਰੇ, ਉਹਦੇ ਨਾਲ ਅਸੀਂ ਆਏ ਹਾਂ। ਕਿੰਨੇ ਦਿਨ ਹੋ ਗਏ ਤੁਹਾਨੂੰ? ਸਾਨੂੰ ਅੱਜ ਹੋ ਗਏ ਜੀ, ਅਸੀਂ 5 ਤਰੀਕ ਦੇ ਆ। ਅੱਜ ਆਇਆ ਸੀ ਧਿਆਨ 'ਤੇ ਮਸਲਾ, ਇਹ ਜਾ ਕੇ ਮੌਕੇ 'ਤੇ ਇਹਨਾਂ ਦਾ ਉਹਦੀ ਤਕਲੀਫ ਸੁਣੀ ਇਹਨਾਂ ਦੀ, ਉਹਨਾਂ ਨੂੰ ਆਪਣੇ ਆਪਣੇ ਘਰੇ ਭੇਜਤਾ, ਅਤੇ ਬਾਕੀ ਜੋ ਵੀ ਉਹਨਾਂ ਦੀ ਤਪੀਸ ਕਰ ਰਹੇ ਹਾਂ, ਜੋ ਵੀ ਜਿਹਦੇ ਖਿਲਾਫ਼ ਵੀ ਕੁਛ ਵੀ ਜੇ ਮਤਲਬ ਹੋਇਆ, ਜੋ ਵੀ ਧਿਆਨ 'ਚ ਉਹ ਕਾਰਵਾਈ ਕਰ। ਬਿਊਰੋ ਰਿਪੋਰਟ, ਸਵੇਰਾ ਟਾਈਮਸ। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।